ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਅੰਮ੍ਰਿਤ ਵੇਲੇ ਨਿਤਨੇਮ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਗੁਰੂ ਪਿਆਰੇ ਪੰਜ ਬਾਣੀਆਂ ਦਾ ਪਾਠ ਕਰਦੇ ਹਨ, ਪੰਜ ਬਾਣੀਆਂ ਦਾ ਪਾਠ ਕਰਨ ਲੱਗਿਆਂ ਤਬ ਪ੍ਰਸਾਦ ਸਵਈਏ ਆਉਂਦੇ ਹਨ। ਸਰਾਵਕ ਸੁੱਧ ਸਮੂਹ ਸਿਧਾਨ ਕੇ ਤੇਗ ਫਿਰਿਓ ਕਰ ਜੋਗ ਜਤੀ ਕੇ। ਸਵਈਏ ਪੜ੍ਹਦਿਆਂ ਪੜ੍ਹਦਿਆਂ ਅਖੀਰਲੀਆਂ ਪੰਕਤੀਆਂ ਆਉਂਦੀਆਂ ਹਨ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹਾਂ ਕੋ ਸੀਸ ਨਿਵਾਇਓ, ਕੋ ਬੁਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਅੱਗੇ ਤਬ ਪ੍ਰਸਾਦ ਤੋਮਰ ਛੰਦ ਆ ਜਾਂਦੇ ਹਨ, ਉਸ ਤੋਂ ਅੱਗੇ ਤਬ ਪ੍ਰਸਾਦ ਲਗ ਨਾਰਾਜ ਛੰਦ ਆ ਜਾਂਦੇ ਹਨ, ਉਸ ਤੋਂ ਅੱਗੇ ਤਬ ਪ੍ਰਸਾਦ ਕਬਿਤ ਆ ਜਾਂਦੇ ਹਨ। ਕਬਿਤ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਹੁਕਮ ਕੀਤੇ ਹਨ, ਆਪਣਾ ਮਨ ਜੋੜੋ, ਕਿਉਂਕਿ ਮਨ ਜੁੜ ਗਿਆ ਤੇ ਤਨ ਵੀ ਜੁੜ ਗਿਆ, ਕੰਨ ਵੀ ਜੁੜ ਗਏ, ਸਾਰਾ ਸਰੀਰ ਹੀ ਜੁੜ ਜਾਂਦਾ ਹੈ। ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੰਦੇ ਨੂੰ, ਬੰਦੀ ਨੂੰ, ਤੁਸੀਂ ਆਪ ਸਰਵਣ ਕਰੋ। ਤਾਵ ਪ੍ਰਸਾਦ ਕਬਿਤ ਖੋਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਗਿਦੁਆ ਮਸਾਨ ਬਾਸ ਕਰਿਓ ਈ ਕਰਤ ਹੈ, ਘੁੱਗੂ ਮੱਟ ਬਾਸੀ ਲੱਗੇ ਡੁੱਲ ਤੇ ਉਦਾਸੀ, ਮ੍ਰਿਗ ਤਰਵਰ ਸਦੀਵ ਮੌਨ ਸਾਥੇ ਹੀ ਮਰਤ ਹੈ, ਬਿੰਦ ਕੇ ਸਧਈਆ ਤਹਾ ਹੀਜ ਕੇ ਵਢਈਆ ਦੇਤ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ, ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਗਿਆਨ ਕੇ ਬਹੀਨ ਛੀਨ, ਕੈਸੇ ਕੈ ਤਰਤ ਹੈ, ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਧਾ ਧਾਰੀ, ਪੌਣ ਕੇ ਆਹਾਰੀ ਸੋ ਪੋ ਜੰਗ ਜਾਨੀਅਤ ਹੈ, ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ, ਤੇਤੋ ਗਉਨ ਕੇ ਜਈਆ ਬ੍ਰਿਖ ਭਇਆ ਮਾਨੀਅਤ ਹੈ, ਨਭ ਕੇ ਉਡਈਆ ਤਾਹੀਂ ਪੰਛੀ ਕੀ ਵਡਈਆ ਦੇਤ, ਬਗਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤ ਹੈ,
ਜੇਤੇ ਵੱਡੇ ਗਿਆਨੀ ਤੈਨੋ ਜਾਨੀ ਮੈਂ ਪਖਾਨੀ ਨਾ ਹੈ ਐਸੇ ਨਾ ਪਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਪੂਚਰੇ ਕੇ ਜਈਆ ਕਹਿ ਨਭ ਕੇ ਉਡਈਆ ਸੋ ਚਰਈਆ ਕਹਿ ਬਖਾਨੀ ਹੈ ਫਲ ਕੇ ਪਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿ ਸਿਫਰਈਆ ਤੇ ਤੂੰ ਭੂਤ ਕਹਿ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸਿ ਕਹਿਤ ਜਗ ਆਗ ਕੇ ਪਛਈਆ ਸੋ ਚਕੋਰ ਸਮ ਮਾਨੀ ਹੈ ਸੂਰਜ ਸਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਵਈਆ ਕੌ ਕਵਿ ਕਹਿ ਪਹਿਚਾਨੀ ਹੈ ਨਾਰਾਇਣ ਕੱਛ ਮੱਛ ਤਿੰਦੂਆ ਕਹਿਤ ਸਭ ਕੌਲ ਨਾਭ ਕੌਲ ਜਿਹੇ ਤਾਲ ਮੈਂ ਰਹਿਤ ਹੈ ਨਾਰਾਇਣ ਕੱਛ ਮੱਛ ਤਿੰਦੂਆ ਕਹਿਤ ਸਭ ਕੌਲ ਨਾਭ ਕੌਲ ਜਿਹੇ ਤਾਲ ਮੈਂ ਰਹਿਤ ਹੈ ਤਾਲ ਮੈਂ ਰਹਿਤ ਹੈ ਗੋਪੀਨਾਥ ਗੁਜਰ ਗੋਪਾਲ ਸਭੈ ਤਿੰਨ ਚਾਰੀ ਰਿਖੀ ਕੇਸ ਨਾਮ ਕੈ ਮਹੰਤ ਲਹੀਅਤ ਹੈ ਮਾਧਵ ਭਵਰ ਔ ਅਟੇਰੂ ਕੋ ਕਨਈਆ ਨਾਮ ਕੰਸ ਕੋ ਬਧਈਆ ਜਮਦੂਤ ਕਹੀਅਤ ਹੈ ਮੂੜ ਰੂੜ ਪਿਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖਤ ਰਹੀਅਤ ਹੈ ਵਿਸਵਪਾਲ ਜਗਤਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਿਤ ਹੈ ਜੋਗੀ ਜਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈਸਾ ਹਿਤ ਹੈ ਨਿਓਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠਾਢੇ ਨਾ ਬਹਤ ਹੈ ਮਨ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਵੇਦ ਔਕ ਤੇ ਬਨੇਤ ਨਿਤ ਕਹਿ ਕਹਿਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰੇ ਹੋਈ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਾਵ ਭੂਮ ਕੋ ਭਰਤ ਹੈ ਸੇਵ ਸੇ ਤਪਸੀ ਆਦਿ ਬ੍ਰਹਮਾ ਸੇ ਨਾ ਵੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਨਾ ਅਨਤ ਹੈ ਗਿਆਨ ਕੇ ਬਹੀਨ
काल फास के अधीन सदा जुगन की चौकरी फिराए ई फिरत है। एक सेव पे एक गए एक फेर भय रामचंद्र कृष्ण के अवतार भी अनेक हैं। रामचंद्र कृष्ण के अवतार भी अनेक हैं। ब्रह्मा विष्णु के ते वेद और पुराण के ते सिमृत समूहन के होए होए बिताए हैं। मोन दीमदार के ते अश्वनी कुमार के ते अंसाय अवतार के ते काल बस भय है। पीर और पिकम्बर के ते गणना परत एते भूमि ते होए के फेर भूमि मिले है। जोगी जति ब्रह्मचारी बड़े बड़े छत्रधारी छत्र ही की छाया कई कोसलो चलत है। छत्र ही की छाया कई कोसलो चलत है। जोगी जति ब्रह्मचारी बड़े बड़े छत्रधारी छत्र ही की छाया कई कोसलो चलत है। छत्र ही की छाया कई कोसलो चलत है। बड़े बड़े राजन के दावत फिरत देश बड़े बड़े राजन के द्रप को दलत है। मान से मही पौध लीप कैसे छत्रधारी बड़ो अब मान पोज दंड को करत है। दारा से दली सर दुर्योधन से मान धारी पोग पोग पूम अंत पूम में मिलत है। सिजते करे अनेक तोपची कपट भेस पोस्ती अनेकता निभावत है शीस को। सिजते करे अनेक तोपची कपट भेस पोस्ती अनेकता निभावत है शीस को। कहां भयो माल जो पे काटते अनेक दंड सोतो ना दंडौत अष्टांग अथ तीस को। कहां पयो रोगी जो पे डारे हो रहे हो उर्दमुख कहां पयो रोगी जो पे डारे हो रहे हो उर्दमुख। मन ते ना मूंड निहारियो आदि इसको। कहां पयो रोगी जो पे डारे हो रहते रहे उर्दमुख। कहां पयो रोगी जो पे कहां पयो रोगी जो पे डारे जो पे डारे हो रहे हो उर्दमुख। मन ते ना मूंड निहारियो आद ईस को। कामना अधीन सदा दामना प्रवीण एक भावना विहीन कैसे पावे जगदीश को। कामना अधीन सदा दामना प्रवीण एक भावना विहीन कैसे पावे जगदीश को। शीस पटकत जाके कान में खजूरा तसै मूंड छटकत मित्र पुत्र हूं के शोक सौ।
आख को चरैया फल फूल को पछैया सदा बन को भरमैया और दूसरो न बोक्सो। आख को चरैया फल फूल को पछैया सदा बन को भरमैया और दूसरो न बोक्सो। कहां पयो पेड़ जो कसत शीस बिरछन सौ माटी को पछैया बोल पूछ लीजे जोक सौ। कामना अधीन काम क्रोध में प्रवीण कामना अधीन काम क्रोध में प्रवीण एक पावना बहीन कैसे पेटे पर लोक सौ। एक पावना बहीन कैसे पेटे पर लोक सौ। नाच्योई करत मोर दादर करत सोर सदा कान कोर कान करे ओई करत है। एक पाए ठंडे सदा बन में रहत वृक्ष एक पाए ठाडे रहे ठाडे सदा बन में रहत वृक्ष। एक पाए ठंडे सदा बन में रहत वृक्ष एक पाए ठंड सदा बन में रहत वृक्ष। फूक फूक पाम पोम श्रावक धरत है पाहन अनेक जुग एक ठौर वास करे काग और चील देश देश विचरत है। ज्ञान के विहीन महादान में न हो जली लीन पावना यकीन दीन कैसे के तरत है। ज्ञान के विहीन महादान में न हो जलीन पावना यकीन दीन कैसे के तरत है। जैसे एक स्वांगी कहूं जोगी या बैरागी बने कब हूं सन्यास पेश बन के दिखावई। कहूं पौनहारी कहूं बैठे लाए तारी कहूं लोभ की खुमारी सौ अनेक गुण गावही। कहूं लोभ की खुमारी सौ अनेक गुण गावही। कहूं ब्रह्मचारी कहूं हाथ में लगावे बारी कहूं दंड तारी होए के लोगन भरमावई। कामना अधीन परे नाचत है नाचन सो ज्ञान के विहीन कैसे ब्रह्म लोक पावई। ज्ञान के विहीन कैसे ब्रह्म लोक पावई। पंच बार गीदर पुकारे परे शीत काल कुंचर औ गधा अनेक दा पुकार ही। कहां पयो जो पै कलवत्र लियो कांसी बीच कहां भयो जो पै कलवत्र लियो कांसी बीच। चीर चीर चोरटा कुठारन सुमार ही चीर चीर चोरटा कुठारन सोमार ही। कहां पयो फांसी डार बूडियो जड़ गंग तार डार डार फांस ठग मार मार डार ही। डूबे नरक धार मूड ज्ञान के बिना विचार पावना बहीन कैसे ज्ञान को विचार ही। पावना बहीन कैसे ज्ञान को विचार ही। ताप के सहते
ਜੋ ਪਾਈਐ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਿਤ ਹੈ ਜਾਪ ਕੇ ਕੀਏ ਜੇ ਜਾਪ ਕੇ ਕੀਏ ਤੇ ਜੋ ਪੈ ਪਾਈਤ ਅਜਾਪ ਦੇਵ ਜਾਪ ਕੇ ਕੀਏ ਤੇ ਜੋ ਪੈ ਪਾਇਤ ਅਜਾਪ ਦੇਵ ਜਾਪ ਕੇ ਕੀਏ ਤੇ ਜੋ ਪੈ ਪਾਇਤ ਅਜਾਪ ਦੇਵ ਪੂਦਨਾ ਸਦੀਵ ਤੂੰ ਤੂੰ ਉਚਰਤ ਹੈ ਪੂਦਨਾ ਸਦੀਵ ਤੂੰ ਹੀ ਉਚਰਤ ਹੈ ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਇਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ ਆਗ ਮੈਂ ਜਰਤ ਗਤ ਰਾਂਡ ਕੀ ਪਰਤ ਕਰ ਪਤਾਲ ਕੇ ਵਾਸੀ ਕਿਉਂ ਭੁਜੰਗ ਨ ਤਰਤ ਹੈ ਆਗ ਮੈਂ ਜਰਤ ਗਤ ਰਾਂਡ ਕੀ ਪਰਤ ਕਰ ਪਤਾਲ ਕੇ ਵਾਸੀ ਕਿਉਂ ਭੁਜੰਗ ਨ ਤਰਤ ਹੈ ਕੋਉ ਭਇਓ ਮੁੰਡੀਆ ਸੰਨਿਆਸੀ ਕੋਉ ਜੋਗੀ ਭਇਓ ਕੋਉ ਬ੍ਰਹਮਚਾਰੀ ਕੋਉ ਜਤੀ ਅਨ ਮਨ ਬੋ ਹਿੰਦੂ ਤੁਰਕ ਕੋਈ ਰਾਫ ਜੀ ਮਾਮ ਸਾਫੀ ਮਾਨਸ ਕੀ ਜਾਤ ਸਭ ਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ ਦੂਸਰ ਨਾ ਭੇਦ ਕੋਈ ਭਰਮ ਭੂਲ ਭਰਮ ਮਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨ ਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹੁਰਾ ਮਸੀਤ ਸੋਈ ਪੂਜਾਓ ਨਿਵਾਜ ਹੋਈ ਮਾਨਸ ਸਭ ਏਕ ਪੈ ਮਾਨਸ ਸਭ ਏਕ ਪੈ ਅਨੇਕ ਕੋ ਭਰਮਾਓ ਹੈ ਦੇਹੁਰਾ ਮਸੀਤ ਸੋਈ ਪੂਜਾਓ ਨਿਵਾਜ ਹੋਈ ਮਾਨਸ ਸਭੈ ਏਕ ਪੈ ਅਨੇਕ ਕੋ ਭਰਮਾਉ ਹੈ ਦੇਵਤਾ ਆ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇ ਸਨਿਕ ਭੇਸ ਕੋ ਪ੍ਰਭਾਵ ਹੈ ਨਿਆਰੇ ਨਿਆਰੇ ਦੇ ਸਨਿਕ ਭੇਸ ਕੋ ਪ੍ਰਭਾਵ ਹੈ ਏਕੈ ਨੈਣ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਪ ਕੋ ਰਲਾਓ ਹੈ ਅਲਹ ਅਭਿਖ ਸੋਈ ਪੁਰਾਨ ਔ ਕੁਰਾਨ ਹੋਈ ਏਕ ਹੀ ਸਰੂਪ ਸਭ ਏਕ ਹੀ ਬਨਾਓ ਹੈ ਜੈਸੇ ਏਕ ਆਗ ਤੇ ਕਨੁਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾਂਗੇ ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੁਕਾ ਫਿਰ ਧੂਰ ਹੀ ਸਮਾਹੇਂਗੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹੇਂਗੇ ਕੇਤੇ ਕਛ ਮਛ ਕੇਤੇ
ਉਨ ਕੋ ਕਰਤ ਪਛ ਕੇਤੇ ਕਛ ਮਛ ਕੇਤੇ ਉਨ ਕੋ ਕਰਤ ਪਛ ਕੇਤੇ ਅਛ ਵਛ ਹੋਏ ਸਪਛ ਉੱਡ ਜਾਹੇਂਗੇ ਕੇਤੇ ਕਛ ਮਛ ਕੇਤੇ ਉਨ ਕੋ ਕਰਤ ਪਛ ਕੇਤੇ ਅਛ ਵਛ ਹੋਏ ਸਪਛ ਉੱਡ ਜਾਹੇਂਗੇ ਕੇਤੇ ਅਛ ਵਛ ਹੋਏ ਸੋ ਪਛ ਉੱਡ ਜਾਹੇਂਗੇ ਕੇਤੇ ਨਭ ਬੀਚ ਅਛ ਪਛ ਕੋ ਕਰੇਂਗੇ ਪਛ ਕੇਤਕ ਪ੍ਰਤਛ ਹੋਏ ਪਚਾਏ ਖਾਏ ਜਾਹੇਂਗੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ ਕਾਲ ਕੇ ਬਨਾਏ ਸਭ ਕਾਲ ਹੀ ਜਬਾਹੇਂਗੇ ਤੇਜ ਜਿਉਂ ਆ ਤੇਜ ਮੈਂ ਆ ਤੇਜ ਜੈਸੇ ਤੇਜ ਲੀਨ ਤੇਜ ਜਿਉਂ ਆ ਤੇਜ ਮੈਂ ਆ ਤੇਜ ਜੈਸੇ ਤੇਜ ਲੀਨ ਤਾਹੀਂ ਤੇ ਉਪਜ ਸਭ ਤਾਹੀਂ ਮੈਂ ਸਮਾਹੇਂਗੇ ਕੁਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁੱਬਤ ਕੇਤੇ ਆਗ ਮੈਂ ਜਰਤ ਹੈ ਕੇਤੇ ਗੰਗ ਵਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੇਤੇ ਉਦਾਸੀ ਕੇ ਭਰਮਾਏ ਫਿਰਤ ਹੈ ਕਰਵਤ ਸਹਿਤ ਕੇਤੇ ਭੂਮ ਮੈਂ ਗੜਤ ਕੇਤੇ ਸੁਆ ਪੈ ਚੜਤ ਕੇਤੇ ਦੁੱਖ ਕੋ ਭਰਤ ਹੈ ਗੈਨ ਮੈਂ ਉੱਡਤ ਕੇਤੇ ਜਲ ਮੈਂ ਰਹਿਤ ਕੇਤੇ ਗਿਆਨ ਕੇ ਬਹੀਨ ਜਗ ਜਾ ਰਹੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਭੋਤ ਹਾਰੇ ਜਾਪਸੀ ਘਸ ਹਾਰੇ ਚੰਦਨ ਲਗਾਏ ਹਾਰੇ ਚੁਆਚਾਰ ਪੂਜ ਹਾਰੇ ਬਾਹਨ ਚੜਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਬੜੀ ਮਟਲੀ ਪਹਾਰੇ ਪੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਬ ਬਜਾਏ ਹਾਰੇ ਕਿੰਨਰ ਸਭ ਗਾਏ ਹਾਰੇ ਗੰਧਰਬ ਬਜਾਏ ਹਾਰੇ ਕਿੰਨਰ ਸਭ ਪਜ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ ਤਾਪ ਪ੍ਰਸਾਦ ਭੁਜੰਗ ਪ੍ਰਜਾਤ ਛੰਦ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਮੋਹੰ ਨਾ ਕ੍ਰੋਹੰ ਨਾ ਦ੍ਰੋਹੰ ਨਾ ਦ੍ਵੈਖੰ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਮੋਹੰ ਨਾ ਕ੍ਰੋਹੰ ਨਾ ਦ੍ਰੋਹੰ ਨਾ ਦ੍ਵੈਖੰ ਨਾ ਕਰਮੰ ਨਾ ਪਰਮੰ ਨਾ ਜਨਮੰ ਨਾ ਜਾਤੰ ਨਾ ਮਿੱਤਰੰ ਨਾ ਸਤਰੰ ਨਾ ਪਿਤਰੰ ਨਾ ਮਾਤੰ ਨਾ ਨੇਹੰ ਨਾ ਗੇਹੰ ਨਾ ਕਾਮੰ ਨਾ ਧਾਮੰ ਨਾ ਪੁੱਤਰੰ ਨਾ ਮਿੱਤਰੰ ਨਾ ਸਤਰੰ ਨਾ ਭਾਮੰ ਅਲੇਖ ਅਪੇਖ ਅਜੂਨੀ ਸਰੂਪ ਸਦਾ ਸਿੱਧ ਦਾ ਬੁੱਧ ਬਿਰਧ ਰੂਪੰ ਅਲੇਖੰ ਅਪੇਖੰ ਅਜੂਨੀ ਸਰੂਪੰ ਸਦਾ ਸਿੱਧ ਦਾ ਬੁੱਧ ਦਾ ਬਿਰਧ ਰੂਪੰ ਨਹੀਂ ਜਾਨ ਜਾਈ ਕਛੁ ਰੂਪ ਰੇਖੰ ਕਹਾਂ ਵਸਤਾ ਕੋ ਫਿਰੈ ਕੌਣ ਭੇਖੰ ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੇ ਕਹਾਂ ਕਹਿ ਬਖਾਨੋ ਕਾ ਕਹਿ ਮੈਂ ਨ ਆਵੇ ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੇ ਕਹਾਂ ਕਹਿ ਬਖਾਨੋ ਕਹਿ ਮੈਂ ਨ ਆਵੇ ਕਹਿ ਮੈਂ ਨ ਆਵੇ ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ ਨਾ ਕਰਮੰ ਨਾ ਪਰਮੰ ਨਾ ਜਨਮੰ ਨਾ ਜਾਤੰ ਅਦਵੈਖੰ ਅਪੇਖੰ ਅਜੂਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ
परेयं परा परम प्रज्ञा प्रकाशी अछेदं अछय आद अद्वय अविनाशी। न जातं न पातं न रूपं न रंगं न जातं न पातं न रूपं न रंगे नमो आद अपंगे नमो आद अभंगे। न जातं न पातं न रूपं न रंगे नमो आद अभंगे नमो आद अभंगे। किते कृष्ण से कीट कोटाय उपाय वो सारे गड़े फेरे मेटे बनाए। अगाधे अभय आद अद्वय बनासी परेण परा परम पूर्ण प्रकाशी। न आधन न व्याधन अगाधन स्वरूपे अखंडत प्रतापयाद अक्षय विभूते। न जन्मं न मरणं न वर्णं न व्याधे अखंडे प्रचंडे अदंडे असाधे। न नेहं न गेहं सनेहं सनाथे उदंडे अमंडे प्रचंडे प्रमाथे। न जाते न पाते न सत्रे न मित्रे सो भूते भविखे भवाने अचित्रे। नारायण नरंकं न रूपं न रेखं न लोभं न चोभं अपूतं अपेखं। न सत्रं न मित्रं न नेहं न गेहं सदैवं सदा सर्व सर्वत्र सनेहं। न कामं न क्रुद्धं न लोभं न मोहं अजोनि अक्षय आद अद्वय अजोहं। न जन्मं न मरणं न वर्णं न व्याधे न जन्मं न मरणं न वर्णं न व्याधं। न जन्मं न मरणं न वर्णं न व्याधं न रोगं न शोकं अभय निर्विखातं। अछेदं अपेदं अकर्मं अकालं अखंडं अभंडं प्रचंडं अपालं। न तातं न मातं न जातं न कायं न नेहं न गेहं न परमं न भायं। न तातं न मातं न जातं न कायं न नेहं न गेहं न परमं न पायं। न रूपं न पुप्पं न काया न कर्मं न त्रासं न प्रासं न पेदं न भर्मं। सदैवं सदा सिद्ध वृद्धं स्वरूपे नमो एक रूपे नमो एक रूपे। निरुक्तं प्रभा आद अनुक्तं प्रतापे अजुगतं अक्षय आद अवकते अथापे। विभुक्तं अक्षय आद अक्षय स्वरूपे नमो एक रूपे नमो एक रूपे। न नेहं न गेहं न शोकं न साकं परेण पवित्रं पुनीतं अताकं। न जातं न पातं न मित्रं न मंत्रे न जातं न पातं न मित्रं न मंत्रे नमो एक तंत्रे नमो एक तंत्रे। न कर्मं न भर्मं न सर्मं न साके न वर्मं न चर्मं न कर्मं न बाके। न सत्रं न मित्रं न पुत्रं स्वरूपे नमो आद रूपे नमो आद रूपे।
ना सत्रंग ना मित्रंग ना पुत्रंग सरूपे नमो आदि रूपे नमो आदि रूपे कहूं कांज के मंज के भर्म भूले कहूं रंग के राज के धर्म अलूले कहूं देश के पेश के धर्म तामे कहूं राज के रसाज के बाज तामे कहूं राज के साज के बाज तामे कहूं राज के साज के बाज तामे कहूं अक्षर के पक्षर के सिद्ध साधे कहूं सिद्ध के बुद्ध के वृद्ध लाधे कहूं अंग के रंग के संग के कहूं जंग के रंग के रंग पेखे कहूं अंग के रंग के संग देखे कहूं जंग के रंग के रंग पेखे कहूं अंग के रंग के संग देखे कहूं जंग के रंग पेखे कहूं धर्म के कर्म के हर्म जाने कहूं धर्म के कर्म के परम माने कहूं चार चेष्टा कहूं चित्र रूपं कहूं परम प्रज्ञा कहूं सर्व भूपं कहूं नेह ग्रहं कहूं देह दुखं कहूं अखौती रोग के सुख सुखं कहूं नेह ग्रहं कहूं देह दुखं कहूं औखती रोग के शोक सुखं कहूं औखती रोग के शोक सुखं कहूं औखती रोग के शोक सुखं कहूं देव विद्या कहूं दैत्य वाणी कहूं देव विद्या कहूं दैत्य वाणी कहूं जक्ष गंधर्व किन्नर कहानी कहूं राजसी सात की तामसी हो कहूं जोग विद्या धरे तापसी हो कहूं रोग रहता कहूं जोग जुगतं कहूं भूम की भुगत मैं भर्म भुगतं कहूं देव कन्या कहूं दान भी हो कहूं जच विद्या करे मान भी हो कहूं राजसी हो कहूं राज कन्या कहूं सृष्टि की पृष्ठ की रिष्ट पन्या कहूं वेद विद्या कहूं व्योम बानी कहूं कोक की काव कथा कहानी कहूं अदर सारंग कहूं भद्र रूपं कहूं मद्र बानी कहूं छोद्र स्वरूपं कहूं वेद विद्या कहूं काव्य रूपं कहूं ज्येष्ठाचार चित्रं स्वरूपं कहूं परम पुराण को पार पावे कहूं बैठ कुरान के गीत गावे कहूं शुद्ध शेखं कहूं ब्रह्म त्रमं कहूं वृद्ध अवस्था कहूं बाल कर्मं कहूं शुद्ध शेखं कहूं ब्रह्म त्रमं कहूं वृद्ध अवस्था कहूं बाल कर्मं कहूं ज्वाल स्वरूपं जरा रहत देहं कहूं नेह देहं कहूं त्याग ग्रहं कहूं जोग भोगं कहूं रोग रागं कहूं रोग हरता कहूं भोग त्यागं कहूं राज साजं कहूं राज बीतं कहूं पूर्ण प्रज्ञा कहूं परम प्रीतं कहूं आर भी तोर की पारसी हो कहूं पहल भी पस्त भी संस्कृत हो
कहूं देश भाख्या कहूं देव बानी कहूं राज विद्या कहूं राजधानी कहूं मंत्र विद्या कहूं तंत्र सारं कहूं जंत्र रेतं कहूं शस्त्र धारं कहूं होम पूजा कहूं देव अर्चा कहूं पिंगला चारण गीत चर्चा कहूं बीन विद्या कहूं ज्ञान गीतं कहूं बीन विद्या कहूं गान गीतं कहूं गान गीतं कहूं गान गीतं कहूं बीन विद्या कहूं गान गीतं कहूं मलेच्छ पाख्या कहूं वेद रीतं कहूं नृत्य विद्या कहूं नाग बानी कहूं गारुडू गूढ़ कथा कहानी कहूं अक्षरा पक्षरा मच्छरा हो कहूं वीर विद्या पूतं प्रभा हो कहूं छैल छाला धरे छत्रधारी कहूं राज साजन धेराज अधिकारी नमो नाथ पूरे नमो नाथ पूरे सदा सिद्ध दाता अछेति अछय आद अद्वै विधाता न त्रस्तं न ग्रस्तं समस्तं स्वरूपे नमस्तं नमस्तं त्वस्तं अभूते न त्रस्तं न ग्रस्तं समस्तं स्वरूपे नमस्तं नमस्तं त्वस्तं अभूते नमस्तं नमस्तं त्वस्तं अभूते वाहेगुरु जी का खालसा वाहेगुरु जी की फतेह। तो गुरु प्यारी सत्संग जीओ ए जो ताव प्रसाद सवैये अमृत वेले आपां पढ़दे हां दास ने पाठ आरंभ करन तो पहले आप जी नूं दस दिता है उस तो अगे जाके ताव प्रसाद कबित सवैये हन ਹੋ ਕਮਲ ਹਾਰੀ ਗਜ ਗਧਾ ਬਿਭੂਤ ਧਾਰੀ ਗਿਦੁਆ ਮਸਾਨ ਵਾਸ ਕਰੇ ਹੋਈ ਕਰਤਾ ਹੈ। ਸੋ ਇੱਥੋਂ ਤੱਕ ਜੋ ਸਵਈਏ ਸਤਿਗੁਰਾਂ ਨੇ ਉਚਾਰਨ ਕੀਤੇ ਹਨ ਤਵ ਪ੍ਰਸਾਦ ਸਵਈਏ ਕਵਿਤ ਹਨ। ਇਹ ਨਿਤਨੇਮ ਦਸ ਗ੍ਰੰਥੀ ਦੀ ਪੋਥੀ ਸੱਚਖੰਡ ਹਜ਼ੂਰ ਸਾਹਿਬ ਜੀ ਨਾਦੇੜ ਸਾਹਿਬ ਤੋਂ ਮਹਾਰਾਸ਼ਟਰ ਤੋਂ ਨਿਹੰਗ ਸਿੰਘ ਸਾਹਿਬ ਜੀ ਨੇ ਸਰਦਾਰ ਤਰਲੋਚਨ ਸਿੰਘ ਜੀ ਲਾਂਡਾ ਉਹਨਾਂ ਨੇ ਲਿਆਂਦੀ ਸੀ। ਉਸ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਦਰਜ ਹਨ ਜਿਹਦੇ ਵਿੱਚ ਬਹੁਤ ਹੀ ਗਿਆਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਕਲਗੀਧਰ ਦਸਮੇਸ਼ ਪਿਤਾ ਜੀ ਨੇ ਐਗਜ਼ੈਂਪਲਾਂ ਦੇ ਕੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਬੰਦੇ ਨੂੰ ਕੋਈ ਸਮਝ ਪੈ ਜਾਵੇ, ਗਿਆਨ ਪ੍ਰਾਪਤ ਹੋ ਜਾਵੇ। ਤੋ ਸਤਿਸੰਗ ਜੀਓ ਅੱਗੋਂ ਤਾਂ ਪ੍ਰਸਾਦ ਪਾਧੜੀ ਛੰਦ ਹੈ, ਇੱਥੋਂ ਤੱਕ ਹੀ ਦਾਸ ਨੇ ਗੁਰਬਾਣੀ ਪੜ੍ਹੀ ਹੈ। ਦੋਹੋਂ ਗ੍ਰੰਥ ਮੈਂ ਬਾਣੀ ਜੋਈ ਚੁਣ ਚੁਣ ਕੰਠ ਕਰੈ ਨਿਤ ਸੋਈ, ਜਿਵੇਂ ਨਿਤਨੇਮ ਦੇ ਵਿੱਚ ਜਾਪ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਹੈ, ਤਵ ਪ੍ਰਸਾਦ ਸਵਈਏ ਹਨ,
ਤਾਪ ਪ੍ਰਸਾਦ ਸਵਈਏ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਉਸ ਤੋਂ ਅੱਗੇ ਇੱਕ ਬਿੱਤ ਹਨ। ਪਵਿੱਤਰ ਗੁਰਬਾਣੀ ਪੜ੍ਹਦੇ ਹਾਂ, ਤੁਕ ਲਾ ਕੰਨਾ ਅੱਖਰ ਅੱਗੇ ਪਿੱਛੇ ਪੜ੍ਹਿਆ ਜਾਂਦਾ ਹੈ। ਬੰਦਾ ਭੁੱਲਣ ਹਾਰ ਹੈ, ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਅਕਾਲ ਪੁਰਖ ਵਾਹਿਗੁਰੂ ਜੀ ਆਪ ਨੇ ਭੁੱਲਦੇ ਸਾਨੂੰ ਭੁੱਲਣ ਵਾਲਾ ਬਣਾਇਆ ਹੈ। ਤੋ ਜਿਤਨਾ ਗਿਆਨ ਬਖਸ਼ਿਸ਼ ਕੀਤਾ ਹੈ ਇਸ ਪਵਿੱਤਰ ਗੁਰਬਾਣੀ ਦੇ ਵਿੱਚ, ਉਹ ਗਿਆਨ ਆਪਣੇ ਮਨ ਤੇ ਟਿਕਾਈਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋ ਹੁਕਮ ਹਨ ਉਹਨਾਂ ਨੂੰ ਹਿਰਦੇ ਤੇ ਵਸਾ ਕੇ, ਜਿਵੇਂ ਅਖੀਰ ਵਿੱਚ ਉਹਨਾਂ ਨੇ ਨਾ ਤ੍ਰਸਤੰਗ ਨਾ ਗ੍ਰਸਤੰਗ ਸਮਸਤੰਗ ਸਰੂਪੇ ਨਮਸਤੰਗ ਨਮਸਤੰਗ ਤੋਸਤੰਗ ਅਭੂਤੇ, ਅਕਾਲ ਪੁਰਖ ਜੀ ਨੂੰ ਜਿਵੇਂ ਚਾਪ ਸਾਹਿਬ ਜੀ ਦੇ ਵਿੱਚ ਨਮੋ ਨਮੋ ਕਰ ਰਹੇ ਹਨ, ਨਮਸਤੰਗ ਨਮਸਤੰਗ ਫੁਰਮਾ ਰਹੇ ਹਨ, ਇੱਥੇ ਵੀ ਅਖੀਰ ਵਿੱਚ ਨਮਸਕਾਰ ਕਰ ਦਿੱਤੀ ਹੈ। ਤੋ ਸਤਸੰਗ ਜੀ ਭੁੱਲਾਂ ਖਿਮਾ ਕਰ ਦੇਣੀਆਂ, ਹੋ ਸਕਦਾ ਹੈ ਕੋਈ ਅੱਖਰ ਮਨ ਵਿੱਚ ਵਸ ਜਾਵੇ। ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖੰਡੇ ਬਾਟੇ ਦਾ ਤਿਆਰ ਕੀਤਾ ਹੋਇਆ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਨਾਲ ਜੁੜੋ, ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰੋ। ਗੁਰਬਾਣੀ ਤੋਂ ਬਿਨਾਂ ਜੀਵਨ ਸਫਲਾ ਨਹੀਂ ਹੋ ਸਕਦਾ। ਕਿੰਨਾ ਉਪਦੇਸ਼ ਦਿੰਦੇ ਹਨ ਗੁਰੂ ਸਾਹਿਬ ਜੀ ਜਾਪ ਸਾਹਿਬ ਜੀ ਦੇ ਵਿੱਚ। ਆ ਜਿਹੜੀ ਕਬਿੱਤ ਪੜ੍ਹੇ ਹਨ ਤਪ ਪ੍ਰਸਾਦ ਸਵਈਆਂ ਤੋਂ ਅੱਗੇ ਜਿਹੜੇ ਚੱਲ ਪੈਂਦੇ ਹਨ, ਬਹੁਤ ਹੀ ਭਰਿਆ ਪਿਆ ਹੈ ਗਿਆਨ ਇਹਦੇ ਵਿੱਚ, ਇਸ ਪਵਿੱਤਰ ਗੁਰਬਾਣੀ ਦੇ ਵਿੱਚ। ਇੱਕ ਇੱਕ ਸ਼ਬਦ ਵਿੱਚ ਮਹਾਰਾਜ ਜੀ ਨੇ ਬੜਾ ਗਿਆਨ ਬਖਸ਼ਿਸ਼ ਕਰ ਦਿੱਤਾ ਹੈ। ਯੂਟਿਊਬ ਨੇ ਇਹ ਸੇਵਾ ਕੀਤੀ ਹੈ ਤਾਂ ਤੁਸੀਂ ਸਰਵਣ ਕਰ ਰਹੇ ਹੋ। ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਯੂਟਿਊਬ ਵਾਲਿਆਂ ਨੇ ਜਿੰਨੀ ਵੀ ਸੇਵਾ ਕਰਦੇ ਹਨ ਯੂਟਿਊਬ ਤੇ ਗੁਰਬਾਣੀ ਦੀ, ਅਕਾਲ ਪੁਰਖ ਵਾਹਿਗੁਰੂ ਜੀ ਇੱਥੇ ਵੀ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਸੇਵਾ ਜਿਹੜੀ ਹੈ ਉਹਨੂੰ ਫਲ ਲਾਉਣ, ਕਿਉਂਕਿ ਇੱਕ ਤਿਲ ਜਿੰਨਾ ਵੀ ਮਹਾਰਾਜ ਦੀ ਸੇਵਾ ਦਾ ਜਿਹੜਾ ਫਲ ਹੈ, ਸਤਿਗੁਰ ਸੱਚੇ ਪਾਤਸ਼ਾਹ ਕਿਸੇ ਦੀ ਘਾਲਣਾ ਇੱਕ ਤਿਲ ਜਿੰਨੀ ਵੀ ਨਹੀਂ ਰੱਖਦੇ, ਇੱਕ ਤਿਲ ਨਹੀਂ ਭੰਨੇ ਕਾਲੇ। ਜਿੰਨੀ ਵੀ ਮਹਾਂਪੁਰਖਾਂ ਦੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਯੂਟਿਊਬ ਨੇ ਸੇਵਾ ਕੀਤੀ ਹੈ, ਵਿਛੜੇ ਹੋਏ ਮਨ, ਵਾਹਿਗੁਰੂ ਤੋਂ ਭੁੱਲੇ ਹੋਏ ਮਨ ਜਿਹੜੇ ਹਨ, ਸੰਤਾਂ ਦੀ, ਮਹਾਂਪੁਰਖਾਂ ਦੀ, ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਕੀਰਤਨ ਕਥਾ ਸੁਣ ਸੁਣ ਕੇ ਮਨ ਮੁੜ ਆਉਂਦੇ ਹਨ ਆਪਣੇ ਘਰ ਵੱਲ, ਆਪਣੇ ਨਿੱਜ ਘਰ ਵੱਲ, ਆਪਣੇ ਸਤਿਗੁਰਾਂ ਵੱਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲ। ਅਰਦਾਸ ਬੇਨਤੀ ਹਮੇਸ਼ਾ ਦਾਸ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਦੁਨੀਆਂ ਤੋਂ ਸਭ ਕੁਝ ਮੁੱਕ ਜਾਵੇਗਾ, ਪਰ ਆਹ ਜਿਹੜਾ ਗੁਰਬਾਣੀ ਵਾਲਾ ਹਿੱਸਾ ਹੈ ਯੂਟਿਊਬ ਦਾ, ਇਹ ਕਦੀ ਨਾ ਮੁੱਕੇਗਾ, ਇਹਦਾ ਫਲ ਮਿਲੇਗਾ ਹੀ ਮਿਲੇਗਾ। ਯੂਟਿਊਬ ਤੇ ਚਲੇ ਜਾਇਆ ਕਰੋ, ਗੁਰਬਾਣੀ ਵਿਚਾਰ ਲੀਡਸ ਯੂਕੇ ਲਿਖ ਦਿਆ ਕਰੋ, ਅਤੇ ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਚੰਡੀ ਦੀ ਵਾਰ, ਹੋਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਪਾਠ, ਨਿਰੋਲ ਪਾਠ, ਉਹਦੇ ਵਿੱਚ ਕੋਈ ਕਥਾ ਨਹੀਂ ਕੀਤੀ, ਹੋਰ ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਤੁੱਛ ਬੁੱਧੀ ਮੁਤਾਬਕ ਅਰਥ ਭਾਵ, ਬਾਬਾ ਕਬੀਰ ਜੀ ਦੇ ਸਲੋਕ ਸੁਣਿਆ ਕਰੋ, ਆਪਣਾ ਜੀਵਨ ਸਫਲਾ ਕਰਿਆ ਕਰੋ। ਆਹ ਜਿਹੜੇ ਬਚਨ ਸਤਿਗੁਰਾਂ ਨੇ ਅੱਜ ਕਹੇ ਹਨ, ਇਹਨਾਂ ਵਿੱਚੋਂ ਵੀ ਕੋਈ ਨਾ ਕੋਈ ਸੇਧ ਜ਼ਰੂਰ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।